ਸਾਡੀ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਬੰਦੇ ਬਹੁਤ ਘੱਟ ਮਿਲੇ ਨੇ ਜਿਹੜੇ ਪੰਜਾਬ ਨੂੰ ਇਸ ਘੁੰਮਣ ਘੇਰੀ ਦੇ ਵਿੱਚੋਂ ਇਸ ਜਿਹੜੀ ਮੰਜ ਧਾਰ ਹੈ ਇਹਦੇ ਵਿੱਚੋਂ ਕੱਢ ਸਕਣ। ਹੁਣ ਤੁਸੀਂ ਦੇਖੋਗੇ ਕੱਲ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਦੇ ਵਿੱਚ ਬਣੀ ਸੀ, ਪੂਰਾ 100 ਸਾਲ ਹੋਇਆ ਉਹਨੂੰ ਕੱਲ, ਤੇ 1925 ਦੇ ਵਿੱਚ ਜਾ ਕੇ ਆਰ ਐਸ ਐਸ ਬਣਦੀ ਹੈ, ਜਾਣੀ ਕਿ 5 ਸਾਲ ਬਾਅਦ 4 ਸਾਲ ਬਾਅਦ ਆਰ ਐਸ ਐਸ ਹੋਂਦ ਚ ਆਉਂਦੀ ਹੈ। ਜਿਹੜੀ ਸੰਸਥਾ 4 ਸਾਲ 5 ਸਾਲ ਬਾਅਦ ਹੋਂਦ ਚ ਆਉਂਦੀ ਹੈ ਉਹ ਅੱਜ ਇਸ ਮੁਲਕ ਦੇ ਉੱਤੇ ਕਾਬਜ ਹੈ, ਇਸ ਮੁਲਕ ਦੇ ਉੱਤੇ ਰਾਜ ਭਾਗ ਉਹਨਾਂ ਦਾ। ਪਰ ਸਾਡੇ ਕੋਲੇ ਐਡਾ ਲਾਭ ਸ਼ਾਲ ਕਰਵਾਉਣੀਆਂ ਪਰ ਇਤਿਹਾਸ ਹੋਵੇ, ਸਾਡੀ ਧਰਤੀ ਦੇ ਚੱਪੇ ਚੱਪੇ ਤੇ ਖੂਨ ਡੁੱਲਿਆ ਹੋਵੇ, ਧਰਤੀ ਦੇ ਕਦਮ ਕਦਮ ਤੇ ਸ਼ਹੀਦ ਬੈਠੇ ਹੋਣ, ਪਰ ਸਾਡਾ ਦਿਨੋ ਦਿਨ ਦਿਨੋ ਦਿਨ ਇਹ 100 ਸਾਲ ਦੇ ਵਿੱਚ ਨਿਘਾਰ ਹੀ ਆਇਆ, ਕਿਉਂਕਿ ਸਾਨੂੰ ਜਿੰਨੇ ਵੀ ਮਿਲੇ ਨੇ ਚਾਹੇ ਸਿਆਸੀ ਆਗੂ ਹੋਣ ਚਾਹੇ ਧਾਰਮਿਕ ਆਗੂ ਹੋਣ, ਉਹ ਸਾਰੇ ਸਾਡੀ ਕੌਮ ਦਾ ਪੰਥ ਦਾ ਪੰਜਾਬ ਦਾ ਜਿਹੜਾ ਬੇੜਾ ਉਹ ਡੋਬਣ ਤੇ ਲਾਇਆ ਉਹਨਾਂ ਨੇ ਆਪਣਾ ਸਮਾਂ, ਤਾਂ ਪੰਜਾਬ ਨੂੰ ਉੱਪਰ ਜਿੱਥੇ ਜਾਣਾ ਚਾਹੀਦਾ ਸੀ ਪੰਜਾਬ ਇਹ ਪੰਜਾਬੀਅਤ ਉੱਥੇ ਨਹੀਂ ਲਿਜਾ ਸਕੇ। ਹੁਣ ਅੱਜ ਵੀ ਕੀ ਆਪਾਂ ਹਾਲਾਤ ਦੇਖਦੇ ਹਾਂ ਕਿ ਆਪਾਂ ਦੇਖਿਆ ਗੱਲ ਕੀਤੀ ਮਾਸਟਰ ਜੀ ਨੇ ਕਿ ਕਿਸੇ ਸਮੇਂ ਜਗਮੀਤ ਬਰਾੜ ਦਾ ਸਮਾਂ ਆਇਆ ਲੋਕ ਉਧਰ ਨੂੰ ਹੋ ਗਏ, ਕਿਸੇ ਸਮੇਂ ਰਾਮੂ ਵਾਲੀਏ ਨੇ ਗੱਲ ਕੀਤੀ ਪੰਜਾਬ ਦੀ ਲੋਕ ਉਧਰ ਨੂੰ ਹੋ ਗਏ, ਕਿਸੇ ਸਮੇਂ ਮਨਪ੍ਰੀਤ ਬਾਦਲ ਨੇ ਪੰਜਾਬ ਦੀ ਗੱਲ ਕੀਤੀ ਲੋਕ ਉਧਰ ਨੂੰ ਹੋ ਗਏ, ਕਿਸੇ ਸਮੇਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਲੋਕਾਂ ਨੂੰ ਲੱਗਿਆ ਕਿ ਪੰਜਾਬ ਦੇ ਵਿੱਚ ਕੋਈ ਨਵਾਂ ਬਦਲ ਹੋ ਸਕਦਾ, ਪੰਜਾਬ ਦੀ ਕੋਈ ਭਲਾਈ ਦੀ ਗੱਲ ਹੋ ਸਕਦੀ ਹੈ, ਚੰਗੇ ਆਗੂ ਪੰਜਾਬ ਦੇ ਵਿੱਚ ਆ ਸਕਦੇ ਨੇ, ਚੰਗੀ ਜਿਹੜੀ ਰਾਜਨੀਤੀ ਆ ਉਹ ਪੰਜਾਬ ਦੇ ਵਿੱਚ ਉੱਭਰ ਕੇ ਆ ਸਕਦੀ ਹੈ। ਪਰ ਬਦਕਿਸਮਤੀ ਦੀ ਮੈਂ ਫਿਰ ਕਹੂੰਗਾ ਪੰਜਾਬ ਦੀ ਕਿ ਉਹ ਗੱਲ ਕਰਦੇ ਹਾਂ ਆਪਾਂ ਉਸ ਦੀ ਗੱਲ ਚੱਲੀ ਕਿ ਭਾਸ਼ਣ ਦਰ ਭਾਸ਼ਣ ਸੁਣਦੇ ਸੁਣਦੇ ਅਸੀਂ ਅੱਕ ਚੁੱਕੇ ਹਾਂ, ਥੱਕ ਚੁੱਕੇ ਹਾਂ। ਵਾਕਈ ਗੱਲ ਸਹੀ ਹੈ, ਮੇਰੇ ਵਰਗਾ ਸਟੇਜ ਤੇ ਬੋਲਦਾ ਹੁੰਦਾ ਤਾਂ ਜਿਹੜਾ ਬੋਲਣ ਵਾਲਾ ਬੁਲਾਰਾ ਹੁੰਦਾ ਨਾ ਸ਼ਬਦਾਂ ਦਾ ਜਾਦੂਗਰ ਹੁੰਦਾ, ਸ਼ਬਦਾਂ ਦਾ ਜਾਲ ਕਿਵੇਂ ਪਾਉਣਾ। ਆ ਇੱਥੇ ਇੰਨੇ ਲੋਕ ਬੈਠੇ ਨੇ, ਨੌਜਵਾਨ ਬੈਠੇ ਆ, ਮੇਰੀਆਂ ਮਾਵਾਂ ਭੈਣਾਂ ਬੈਠੀਆਂ ਨੇ, ਬਜ਼ੁਰਗ ਬੈਠੇ ਆ, ਬੱਚੇ ਬੈਠੇ ਆ, ਤਾਂ ਮੈਨੂੰ ਪਤਾ ਹੁੰਦਾ ਕਿ ਮੈਂ ਇਹਨਾਂ ਦੀ ਨਬਜ ਤੋਹ ਲੈਂਦਾ, ਬੁਲਾਰਾ ਜਿਹੜਾ ਹੁੰਦਾ ਨਬਜ ਤੋਹ ਲੈਂਦਾ ਲੋਕਾਂ ਦੀ ਕਿ ਲੋਕ ਕੀ ਸੁਣਨਾ ਪਸੰਦ ਕਰਦੇ ਆ, ਲੋਕਾਂ ਨੂੰ ਕਿਵੇਂ ਆਪਾਂ ਆਪਣੇ ਮਗਰ ਲਾ ਸਕਦੇ ਹਾਂ, ਕਿਵੇਂ ਲੋਕਾਂ ਨੂੰ ਗੁਮਰਾਹ ਕੀਤਾ ਜਾ ਸਕਦਾ। ਮੈਂ ਬੁਲਾਰਿਆਂ ਦੇ ਕੋਲ ਇਹ ਗੱਲਾਂ ਰਹੀਆਂ ਨੇ, ਮੈਂ ਬਥੇਰੇ ਬੁਲਾਰੇ ਇਹ ਦੇਖੇ ਸਟੇਜਾਂ ਤੋਂ ਬੋਲਦੇ ਜਿਹੜੇ ਲੋਕਾਂ ਨੂੰ ਰੋਣ ਲਾ ਦਿੰਦੇ ਸੀ, ਅੱਖਾਂ ਦੇ ਵਿੱਚ ਲੋਕਾਂ ਦੇ ਅੱਥਰੂ ਆ ਜਾਂਦੇ ਸੀ। ਪਰ ਜਦੋਂ ਗੱਲ ਪੰਜਾਬ ਨੂੰ ਬਚਾਉਣ ਦੀ ਆਈ ਤਾਂ ਉਦੋਂ ਸਾਰੇ ਆਪੋ ਆਪਣੇ ਹਿੱਤਾਂ ਨੂੰ ਪਹਿਲ ਦੇ ਕੇ ਪੰਜਾਬ ਨੂੰ ਉੱਥੇ ਛੱਡ ਗਏ। ਹਾਲਾਤ ਪੜਾਓ ਅੱਜ ਵੀ ਆਈ ਆ, ਇੱਕ ਗੱਲ ਮੇਰੀ ਲੜ ਬੰਨ ਲਿਓ ਤੁਸੀਂ ਧਿਆਨ ਦੇ ਨਾਲ, ਆਪਣੇ ਜ਼ਿਹਨ ਆਪਣੇ ਦਿਮਾਗ ਦੇ ਵਿੱਚ ਆਪਣੇ ਦਿਲ ਦੇ ਵਿੱਚ ਬਿਠਾ ਲਿਓ, ਜਿੰਨੀਆਂ ਮਰਜ਼ੀ ਸਰਕਾਰਾਂ ਬਦਲ ਲਿਓ, ਜਿੰਨੇ ਮਰਜ਼ੀ ਲੀਡਰ MP MLA ਬਦਲ ਲਿਓ, ਸਰਪੰਚ ਬਦਲ ਲਿਓ, ਪੰਚ ਬਦਲ ਲਿਓ, ਇਹ ਹਾਲਾਤ ਨਹੀਂ ਸੁਧਰਦੇ, ਕਿਉਂਕਿ ਅਸੀਂ ਹਮੇਸ਼ਾ ਧੋਖਾ ਖਾਧਾ ਤੇ ਅੱਗੇ ਵੀ ਅਸੀਂ ਧੋਖਾ ਹੀ ਖਾਣਾ। ਉਹੀ ਗੱਲ ਸ਼ਬਦਾਂ ਦਾ ਜਾਲ ਪਾ ਕੇ ਸਾਨੂੰ ਗੁਮਰਾਹ ਕਰਕੇ ਵੋਟਾਂ ਲੈ ਕੇ ਚੰਡੀਗੜ੍ਹ ਬਹਿੰਦਾ ਤੇ ਕੋਈ ਦਿੱਲੀ ਬਹਿੰਦਾ ਤੇ ਲੋਕ ਉੱਥੇ ਦੇ ਉੱਥੇ ਰਹੇ ਨੇ, ਉਦੋਂ ਹੀ ਪਛਾਣ ਹੀ ਚਲੇ ਜਾਂਦੇ ਆ। ਸੋ ਇਹ ਜੇ ਪੰਜਾਬ ਨੂੰ ਕੋਈ ਬਚਾਊਗਾ ਤੇ ਤਾਂ ਆਹ ਲੋਕ ਨੇ ਜਿਹੜੇ, ਇਹ ਲੋਕਾਂ ਦੀ ਲਹਿਰ ਆ ਜਿਹੜੀ, ਜਦੋਂ ਲੋਕ ਸਮਝਣ ਲੱਗ ਗਏ ਕਿ ਪੰਜਾਬ ਕਿਸੇ ਬਾਦਲਾਂ ਦਾ, ਕਿਸੇ ਕਾਂਗਰਸੀਆਂ ਦਾ, ਕਿਸੇ ਝਾੜੂ ਵਾਲਿਆਂ ਦਾ, ਕਿਸੇ ਕਾਮਰੇਡਾਂ ਦਾ, ਕਿਸੇ ਹੋਰ ਦਾ ਪੰਜਾਬ ਨਹੀਂ ਹੈ, ਪੰਜਾਬ ਮੇਰਾ ਹੈ, ਇਸ ਪੰਜਾਬ ਦਾ ਮੈਂ ਆਗੂ ਹਾਂ, ਇਸ ਪੰਜਾਬ ਲਈ ਮੈਂ ਲੜੂੰਗਾ, ਮੈਂ ਅੱਗੇ ਆਊਂਗਾ, ਤਾਂ ਜਾ ਕੇ ਪੰਜਾਬ ਨੇ ਬਚਣਾ। ਹੁਣ ਗੱਲ ਇਹੀ ਹੁੰਦੀ ਹੈ ਕਿ ਆਪਾਂ ਦੇਖਦੇ ਹਾਂ ਕਿ ਐਡੀ ਵੱਡੀ ਲਹਿਰ ਆ ਜਿਹੜੀ ਪੰਜਾਬ ਦੇ ਵਿੱਚ ਉੱਠੀ ਹੋਈ ਹੈ, ਹਰ ਨੌਜਵਾਨ ਚਿੰਤਤ ਹੈਗਾ ਇਸ ਗੱਲ ਨੂੰ ਲੈ ਕੇ ਸਾਡਾ ਆਉਣ ਵਾਲੇ ਸਮੇਂ ਚ ਬਣਨਾ ਕੀ ਹੈ। ਤੁਸੀਂ ਦੇਖੋ ਝੋਨਾ ਇਹ ਨਰਮੇ ਵਾਲਾ ਆਪਣਾ ਏਰੀਆ ਜ਼ਿਆਦਾ ਆ ਗਿਆ, ਜਿਹਦਾ ਅਸੀਂ ਆਪਾਂ ਅੱਜ ਮੈਂ ਗੱਲ ਕਰਦਾ ਬੋਲਦਾ ਜਿੱਥੇ ਮੈਂ ਖੜਾ ਜਿਹੜੇ ਪਿੰਡ ਦੇ ਵਿੱਚ ਬਣਾ ਵਾਲੀ ਪਿੰਡ ਦੇ ਵਿੱਚ ਸਾਡੇ ਵੀ ਝੋਨਾ ਜ਼ਿਆਦਾ ਹੁੰਦਾ ਤਾਂ ਦਾਣਾ ਮੰਡੀਆਂ ਦੇ ਵਿੱਚੋਂ ਝੋਨਾ ਚੱਕਣ ਤੋਂ ਮਨਾਹੀ ਕਰਤੀ, ਇਹ ਰੌਲਾ ਪਿਆ ਹੋਇਆ।
ਤੇ ਰੌਲੇ ਅੱਗੇ ਵੀ ਆਪਾਂ ਗੱਲ ਕੀਤੀ ਕਨੋਡੇ ਨੇ ਬੋਲਿਆ ਇੱਥੇ ਕਿ ਅੱਗੇ ਬਿਜਲੀ ਦਾ ਕਾਨੂੰਨ ਲੈ ਕੇ ਆਉਣ ਜਾ ਰਹੇ ਨੇ, ਪਾਣੀਆਂ ਦੇ ਖਿਲਾਫ਼ ਵੀ ਕਾਨੂੰਨ ਬਣਨੇ ਨੇ। ਹੁਣ ਕੱਲ ਦੀ ਸਰ ਮੈਂ ਗੱਲ ਦੱਸਦਾ ਹਾਂ ਕਿ ਦੇਖੋ ਇਹ ਇੱਥੋਂ ਸਮਝ ਲੈਣਾ ਚਾਹੀਦਾ ਸਾਨੂੰ ਕਿ ਉਹਨਾਂ ਦੀ ਜਿਹੜੀ ਨੀਤੀ ਆ ਉਹ ਕੀ ਆ। ਜੰਮੂ ਕਸ਼ਮੀਰ ਦੇ ਵਿੱਚ ਇੱਕ ਗੁੱਪਕਾਰ ਇੱਕ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਇੱਕ ਸੰਸਥਾ ਬਣਾਈ ਹੈ, ਤਾਂ ਉਹਦੇ ਉੱਤੇ ਕੱਲ ਅਮਿਤ ਸ਼ਾਹ ਦਾ ਇੱਕ ਟਵੀਟ ਆਉਂਦਾ, ਇੱਕ ਬਿਆਨ ਆਉਂਦਾ ਕਿ ਇਹ ਗੁੱਪਕਾਰ ਗੈਂਗ ਹੈ, ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਜੋ ਦੇਸ਼ ਦਾ ਤਾਣਾ ਵਾਣ ਹੈ, ਜੋ ਦੇਸ਼ ਦੇ ਹਾਲਾਤ ਨੇ ਉਹਦੇ ਹਿਸਾਬ ਨਾਲ ਚੱਲੋ, ਤੇ ਨਹੀਂ ਤਾਂ ਖਤਮ ਕਰ ਦਿੱਤੇ ਜਾਓਗੇ। ਹੁਣ ਇਹ ਗੱਲ ਇਕੱਲੇ ਕਸ਼ਮੀਰ ਲਈ ਨਹੀਂ ਆ, ਇਹ ਇਕੱਲੇ ਕਸ਼ਮੀਰੀਆਂ ਲਈ ਹੈ, ਇਕੱਲੇ ਉਹਨਾਂ ਲੋਕਾਂ ਲਈ ਆ, ਇਹ ਗੱਲ ਸਾਡੇ ਲਈ ਵੀ ਹੈ, ਪੰਜਾਬ ਲਈ ਵੀ ਹੈ, ਇਹ ਦਲਿਤਾਂ ਲਈ ਵੀ ਹੈ, ਘੱਟ ਗਿਣਤੀਆਂ ਲਈ ਵੀ ਆ। ਇਸ਼ਾਰਾ ਇਹ ਹੋ ਰਿਹਾ ਕਿ ਸਮਝ ਜੋ ਅਸੀਂ ਚਾਹੁੰਦੇ ਹਾਂ। ਉਹ ਵੀਰ ਨੇ ਗੱਲ ਕੀਤੀ ਕਿ ਅੱਜ ਤੋਂ 40 ਸਾਲ ਪਹਿਲਾਂ ਰੌਲਾ ਪਾਉਂਦੇ ਹੁੰਦੇ ਸੀ ਕਈ ਲੋਕ ਸਟੇਜਾਂ ਤੇ ਚੜ ਕੇ ਕਿ ਭਾਈ ਬੱਚੋ ਆਉਣ ਵਾਲਾ ਸਮਾਂ ਖਤਰਨਾਕ ਹੈ, ਸਾਡੀਆਂ ਜ਼ਮੀਨਾਂ ਵੀ ਖੋਹੀਆਂ ਜਾਣਗੀਆਂ, ਸਾਨੂੰ ਮਾਰਿਆ ਜਾਣਾ, ਸਾਨੂੰ ਨਸ਼ੇ ਤੇ ਲਾਇਆ ਜਾਣਾ। ਹਾਲਾ ਇਨਕਲਾਬ ਆਇਆ, ਅਸੀਂ ਲੋਕਾਂ ਨੇ ਖੁਸ਼ੀਆਂ ਮਨਾਈਆਂ, ਉਦੋਂ ਵੀ ਲੋਕਾਂ ਨੇ ਰੌਲਾ ਪਾਇਆ ਸੀ ਵੀ ਲੋਕੋ ਤੁਸੀਂ ਮਰ ਜਾਓਗੇ, ਹਰਾ ਇਨਕਲਾਬ ਸਾਡੇ ਲਈ ਮਾਰੂ ਸਾਬਤ ਹੋਣਾ। ਤੁਸੀਂ ਦੇਖੋ ਹਰਾ ਇਨਕਲਾਬ ਸਾਡੇ ਲਈ ਕੀ ਲੈ ਕੇ ਆਇਆ। ਅੱਜ ਘਰ ਘਰ ਕੈਂਸਰ ਬਣ ਗਿਆ, ਜੰਮਦੇ ਜਵਾਕ ਨੂੰ ਸ਼ੂਗਰ ਹੋ ਰਹੇ ਨੇ, ਸਾਡੀ ਜਨ ਸ਼ਕਤੀ ਹੈ ਜਿਹੜੀ ਉਹ ਘੱਟ ਰਹੀ ਹੈ, ਸੋਚਣ ਸ਼ਕਤੀ ਸਾਡੀ ਖਤਮ ਹੋ ਰਹੀ ਹੈ। ਇਹ ਕਿਹਦੀ ਦੇਣ ਹੈ? ਇਹ ਹਰੇ ਇਨਕਲਾਬ ਦੀ ਦੇਣ ਆ। ਉਹ ਹਰਾ ਇਨਕਲਾਬ ਕੀ ਸੀ? ਦੁਨੀਆਂ ਭਰ ਨੇ ਜਿਨ੍ਹਾਂ ਦਵਾਈਆਂ ਤੇ ਸਪਰੇਹਾਂ ਰੇਹਾਂ ਤੇ ਪਾਬੰਦੀ ਲਾਈ ਅਸੀਂ ਪੰਜਾਬ ਦੀ ਧਰਤੀ ਤੇ ਲਿਆ ਕੇ ਸਿੱਟਿਆ, ਤੇ ਅੱਜ ਉਹਦਾ ਨਤੀਜਾ ਦੇਖ ਲਓ। ਅੱਜ ਤੋਂ 40 ਸਾਲ ਪਹਿਲਾਂ ਕਿਸੇ ਬਹੁਤ ਵੱਡੇ ਵਿਦਵਾਨ ਨੇ ਕਿਹਾ ਸੀ ਕਿ ਪੰਜਾਬੀਓ ਸਮਝੋ, ਅਕਲ ਨੂੰ ਹੱਥ ਮਾਰੋ, ਇਹ ਹਰਾ ਇਨਕਲਾਬ ਸਾਨੂੰ ਮਾਰ ਦੂ। ਅਸੀਂ ਨਹੀਂ ਸਮਝੇ, ਅਸੀਂ ਨਹੀਂ ਸੁਣਿਆ, ਅੱਜ ਵੀ ਨਹੀਂ ਸੁਣਦੇ। ਅੱਜ ਬਹੁਤੇ ਬੰਦਿਆਂ ਦੀ ਮੈਂ ਗੱਲ ਸੁਣਦਾ ਹਾਂ, ਛੱਡੋ ਯਾਰ, ਐਵੇਂ ਰੌਲਾ ਪਾਈ ਜਾਂਦੇ ਆ, ਦਿੱਲੀ ਜਾ ਕੇ ਕੀ ਕਰਨਾ, ਦੇਖਾਂ ਜਦੋਂ ਕੋਈ ਇੱਥੇ ਆਊਗਾ। ਉਹ ਜਿੱਦੇ ਕੋਈ ਸਾਡੇ ਕੋਈ ਆ ਕੇ ਘਰੇ ਵੜ ਗਿਆ, ਸਾਡੀ ਧੌਣ ਤੇ ਚੜ ਗਿਆ ਆ ਕੇ, ਉਦੇ ਅਗਲੇ ਨੇ ਸਾਡਾ ਸਾਹ ਹੀ ਨਿਕਲਣ ਦੇਣਾ। ਅਸੀਂ ਕਿਹੜੇ ਚੱਕਰਾਂ ਚਲੇ ਫਿਰਦੇ ਹਾਂ? ਅੱਜ ਵੀ ਤੁਸੀਂ ਦੇਖੋ ਹਾਲਾਤ ਸਾਡੇ ਬਣ ਗਏ ਕਿ ਐਡੀ ਵੱਡੀ ਲਹਿਰ ਹੋਵੇ, ਹਰ ਬੰਦੇ ਨਾਲ ਜੁੜੀ ਹੋਵੇ, ਕਿਉਂਕਿ ਹਰ ਬੰਦੇ ਦੀ ਰੋਟੀ ਨਾਲ ਜੁੜਿਆ ਹੋਇਆ ਮਸਲਾ। ਇਹ ਕਿਸਾਨਾਂ ਦਾ, ਇਹ ਮਜ਼ਦੂਰਾਂ ਦਾ ਮਸਲਾ ਨਹੀਂ ਹੈ, ਇਹ ਹਰ ਬੰਦੇ ਦੀ ਰੋਜੀ ਰੋਟੀ ਨਾਲ ਜੁੜਿਆ ਹੋਇਆ ਮਸਲਾ, ਚਾਹੇ ਦੁਕਾਨਦਾਰ ਹੈ, ਚਾਹੇ ਆੜ੍ਹਤੀ ਹੈ, ਚਾਹੇ ਵਪਾਰੀ ਹੈ, ਚਾਹੇ ਕੋਈ ਮਜ਼ਦੂਰ ਹੈ, ਚਾਹੇ ਕਿਸਾਨ ਹੈ, ਹਰ ਪੰਜਾਬੀ ਨਾਲ ਜੁੜਿਆ ਹੋਇਆ ਮਸਲਾ, ਪੰਜਾਬ ਨਾਲ ਜੁੜੇ ਹੋਏ ਮਸਲੇ ਨੇ। ਪਰ ਸਾਡੇ ਲੋਕਾਂ ਨੂੰ ਹਲੇ ਹੋਈ ਸਮਝ ਨਹੀਂ ਪਈ, ਹਲੇ ਕਹਿੰਦੇ ਛੱਡੋ ਯਾਰ ਕੋਈ ਗੱਲ ਨੀ, ਦੇਖੀ ਜਾਓ ਜੋ ਹੋਊਗਾ। ਥੋੜੇ ਬੰਦੇ ਲੜ ਰਹੇ ਨੇ, ਨਹੀਂ ਤਾਂ ਐਡਾ ਵੱਡਾ ਤੁਹਾਡੇ ਖਿਲਾਫ਼ ਫੈਸਲਾ ਆ ਜੇ, ਤੁਹਾਡੀਆਂ ਜ਼ਮੀਨਾਂ ਖੋਣ ਦੀ ਗੱਲ ਹੋ ਜੇ। ਪਰ ਮੇਰੇ ਪਿੰਡਾਂ ਕੋਲੇ ਲਹਿਰੇ ਮੁਹੱਬਤ ਹਰਿਆਣੇ ਦੀ ਕੰਪਨੀ ਆਈ ਹੈ, ਉਹਨੇ 10 ਕਿੱਲੇ ਜ਼ਮੀਨ ਬਿਲਕੁਲ ਐ ਸੜਕ ਦੇ ਉੱਤੇ ਲੈ ਕੇ, ਉਹਨਾਂ ਨੇ ਔਰਗੈਨਿਕ ਜਿਹੜੀ ਖੇਤੀ, ਜਿਹਨੂੰ ਆਪਾਂ ਕੁਦਰਤੀ ਖੇਤੀ, ਜੈਵਿਕ ਖੇਤੀ ਕਹਿ ਦਿੰਦੇ ਹਾਂ, ਉਹ ਸ਼ੁਰੂ ਕੀਤੀ ਹੈ। ਤੇ ਨਥਾਣੇ ਪਿੰਡ ਦੇ ਕੋਲੇ ਉਹਨਾਂ ਨੇ 25 ਕਿੱਲੇ ਜ਼ਮੀਨ ਲਈ ਹੈ ਲੀਜ਼ ਦੇ ਉੱਤੇ, 10 ਸਾਲਾਂ ਲੀਜ਼ ਦੇ ਉੱਤੇ 25 ਕਿੱਲੇ ਜ਼ਮੀਨ ਲਈ ਹੈ। ਠੇਕਾ ਪਤਾ ਕਿੰਨਾ ਦਿੱਤਾ? 1,00,000 ਰੁਪਇਆ। ਹਰ ਸਾਲ 5% ਜਿਹੜਾ ਠੇਕਾ ਉਹ ਵੱਧ ਜਾ ਕਰਨਾ। ਹੁਣ ਜਦੋਂ ਸਾਡੇ ਲੋਕਾਂ ਕੋਲੇ ਇਹ ਲਾਲ ਸਿੱਟਿਆ ਗਿਆ ਆ ਕੇ ਕਿ ਲਿਆਓ ਯਾਰ ਤੁਹਾਡੀਆਂ ਜ਼ਮੀਨਾਂ ਦਿਓ, ਆਹ ਚੱਕੋ 1,00,000 ਰੁਪਇਆ ਠੇਕਾ, 10 ਸਾਲ 15 ਸਾਲ ਖਾਤਰ ਲਿਖਾ ਲਓ, ਅਸੀਂ ਕਹਿਣਾ ਇਹਦਾ ਭੁੱਖੇ ਮਰੇ ਪਏ ਯਾਰ। ਹਰ ਬੰਦਾ, ਹਰ ਕਿਸਾਨ ਜਿਹੜਾ, ਹਰ ਮਜ਼ਦੂਰ ਕਰਜ਼ਈ ਹੈ, ਕੋਈ ਬੈਂਕਾਂ ਦਾ, ਕੋਈ ਆੜ੍ਹਤੀਏ ਦਾ, ਕੋਈ ਹੋਰ ਕਿਸੇ ਨੇ ਵਿਆਜੂ ਦੇਣੇ ਆ ਪੈਸੇ, ਤਾਂ ਹੁਣ ਸਾਡੇ ਗਲ ਘੁੱਟੇ ਪਏ ਨੇ। ਤਾਂ ਉਦੋਂ ਅਸੀਂ ਕਹਿਣਾ ਕੋਈ ਗੱਲ ਨੀ, ਲਿਆਓ ਤੁਸੀਂ 1,00,000 ਦੀ ਗੱਲ ਕਰਦੇ ਆ, ਸਾਨੂੰ ਤਾਂ 60-70,000 80,000 ਕਿੱਲੇ ਦੇ ਦਿਓ, ਆਹ ਜ਼ਮੀਨਾਂ ਸਾਡੀਆਂ ਸਾਂਭ ਲਓ। ਫਿਰ ਇੱਥੇ ਕੀ ਹੋਣਾ? ਜਿਹੜੀ ਅੱਗੇ ਵੀ ਕਈ ਵਾਰੀ ਇਹ ਗੱਲ ਹੋਈ ਹੈ ਕਿ ਇਸ ਪੰਜਾਬ ਦੀ ਧਰਤੀ ਦੇ ਉੱਤੇ ਜੈਵਿਕ ਖੇਤੀ ਕਰਕੇ ਜਦੋਂ ਸਾਰੇ ਅਸੀਂ ਲੋਕ ਪੰਜਾਬ ਦੇ ਜਿਹੜੇ ਕਹਿੰਦੇ ਜ਼ਮੀਨਾਂ ਦੇ ਮਾਲਕ ਆ, ਸਾਨੂੰ ਜ਼ਮੀਨਾਂ ਖੋਹ ਕੇ ਸਾਡੇ ਕੋਲੋਂ ਇਹਨਾਂ ਲੋਕਾਂ ਕੋਲੇ ਚਲੀਆਂ ਗਈਆਂ, ਤਾਂ ਇਹਨਾਂ ਜ਼ਮੀਨਾਂ ਦੇ ਉੱਤੇ ਵੱਡੇ ਵੱਡੇ ਫਾਰਮ ਬਣਾ ਕੇ ਫਿਰ ਕੁਦਰਤੀ ਖੇਤੀ ਹੋਣੀ ਹੈ। ਇੱਥੋਂ ਕੁਦਰਤੀ ਤੌਰ ਤੇ ਤਿਆਰ ਕੀਤੀਆਂ ਹੋਈਆਂ ਸਬਜ਼ੀਆਂ, ਦਾਲਾਂ, ਜਿਹੜੀਆਂ ਸਾਡੀਆਂ ਆਮ ਫਸਲਾਂ ਨੇ, ਉਹਨਾਂ ਨੂੰ ਫਿਰ ਇਹਨਾਂ ਨੇ ਜਿਹੜਾ ਵਪਾਰ ਖੋਲ ਕੇ, ਜਿਵੇਂ ਗੱਲ ਕੀਤੀ ਜਾਂਦੀ ਹੈ ਪਾਕਿਸਤਾਨ ਦੇ ਰਾਹੀਂ ਅੱਗੇ ਜਿਹੜਾ ਅਰਬ ਦੇਸ਼ ਨੇ, ਫਿਰ ਤਾਂ ਯੂਰਪ ਦੇਸ਼ ਨੇ, ਰਸ਼ੀਆ ਤੱਕ, ਚੀਨ ਤੱਕ, ਇਹ ਸਾਰਾ ਸਿਸਟਮ ਘੁੰਮਣਾ, ਇਹ ਪੰਜਾਬ ਚ ਹੋਣਾ। ਇਹ ਅੱਜ ਕਹਿ ਰਹੇ ਹਾਂ, ਸਾਡੇ ਲੋਕਾਂ ਨੂੰ ਲੱਗਦਾ ਕਿ ਇਹ ਕਿਵੇਂ ਹੋ ਜਾਊਗਾ।
क्योंकि जी आप गल कर लगे पाकिस्तान कभी बार्डर खोल ही नहीं सकता, ये सानू भुलेखा है। जिदे खोलन पे आए पंद्रह मिनट खोल लेंगे, ये क्यों नहीं खोलना चाहते पाकिस्तान बार्डर? करतारपुर साहब का लांघा बंद कर दिता गया, क्यों किया गया? वह सानू नहीं कोई राहत देना चाहते, पंजाब नूं कोई राहत नहीं देना चाहते। उन्हों का मसला पंजाब नूं किवें मारना है, पंजाबीयत नूं किवें मारना है, लोग किवें दबने ने, क्योंकि ये लोग जदों भी इन्हों दबिया गया, कुटिया गया, मारिया गया, तो ये वो कौम है, वह धरती के लोग ने जो दुगने चौकने होके अगे नाल तकड़े होके उभर के सामने साढ़े आके खड़े ने। तब इतने जो साड़ी गल आउंदी है, हुण आपां गल करदे हां कि साड़ी जवानी टीके लाला मर रही है। आप वीडियो देखते हैं कि नौजवान मुंडे जिहड़े नाला टीके ला के मरते ने, मावां भैणां उत्ते बिलकदियां हुंदियां, धरतरी फिटदियां हुंदियां, घर पट्टे जांदे ने, कल्ले कल्ले जवाक है लोकां दे। तां सानू की लग रहा है कि चिट्टा उहीं आ गया ਵੀ ਆਮ ਵਰਤਾ ਲੈ, ਜਿਵੇਂ ਲੋਕ ਅੱਗੇ ਭੁੱਕੀ ਖਾਂਦੇ ਸੀ, ਫੀਮ ਖਾਂਦੇ ਸੀ, ਚਿੱਟਾ ਵੀ ਆਪਾਂ ਆਈ ਲੱਗਦਾ ਕਿ ਆਈ ਆਇਆ ਨਹੀਂ, ਚਿੱਟਾ ਵੀ ਜਾਣ ਬੁੱਝ ਕੇ ਸਾਡੀ ਜਵਾਨੀ ਨੂੰ ਮਾਰਨ ਦੀ ਗਿਣੀ ਮਿਤੀ ਸਾਜਿਸ਼ ਦੇ ਨਾਲ ਚਿੱਟਾ ਲਿਆਂਦਾ ਗਿਆ। ਮੈਂ ਜੇਲ੍ਹਾਂ ਦੀ ਗੱਲ ਕਰਦਾ ਹੁੰਦਾ, ਜੇਲ੍ਹਾਂ ਦੇ ਵਿੱਚ ਚਿੱਟਾ ਆਮ ਮਿਲਦਾ। ਹੁਣ ਤੁਸੀਂ ਇਹ ਸੋਚੋ ਯਾਰ, ਜਿਹੜੀ ਜੇਲ੍ਹ ਦੇ ਵਿੱਚ ਥਾਂ ਥਾਂ ਤੇ ਚੈਕਿੰਗ ਹੁੰਦੀ ਹੈ, ਇੱਕ ਸੂਈ ਨੀ ਲਗਾ ਸਕਦੇ, ਚਿੱਟਾ ਕਿਵੇਂ ਲੰਘ ਜਾਂਦਾ? ਤਾਂ ਜਾਣ ਬੁੱਝ ਕੇ ਲਗਾਇਆ ਜਾਂਦਾ, ਕਿਉਂਕਿ ਸਾਡੀ ਜਵਾਨੀ ਨੂੰ ਖੋਖਲਾ ਕਿਵੇਂ ਕਰਨਾ, ਸਾਡੀ ਜਵਾਨੀ ਨੂੰ ਮਾਰਨਾ ਕਿਵੇਂ ਹੈ? ਜਦੋਂ ਸਾਡੀ ਜਵਾਨੀ ਹੈ ਜਿਹੜੀ ਉਹ ਇਧਰੋਂ ਧਿਆਨ ਭੰਗ ਕਰਕੇ ਦੂਜੇ ਪਾਸੇ ਲਾ ਦਿੱਤਾ ਜਾਊਗਾ, ਤਾਂ ਸਾਡੀ ਜਵਾਨੀ ਸੋਚ ਹੀ ਮਾਰ ਦੇਣੀ ਹੈ ਸਾਡੀ ਜਵਾਨੀ ਦੀ। ਮੈਂ ਤੁਹਾਡੇ ਸਾਹਮਣੇ ਅੱਜ ਬਣਾ ਵਾਲੀ ਪਿੰਡ ਚ ਆਇਆ, ਜੇ ਮੈਂ ਚਿੱਟਾ ਪੀਣ ਵਾਲਾ ਹੋਵਾਂ, ਸ਼ੀਸ਼ੀਆਂ ਪੀਣ ਵਾਲਾ ਹੋਵਾਂ, ਟੀਕੇ ਲਾਉਣ ਵਾਲਾ ਹੁੰਦਾ, ਤਾਂ ਮੈਂ ਬਣਾ ਵਾਲੀ ਪਿੰਡ ਚ ਆਉਂਦਾ? ਨਹੀਂ ਆਉਣਾ। ਮੈਂ ਚਿੱਟੇ ਦਾ ਆਪਣੇ ਘਰੋਂ ਭਾਂਡੇ ਵੀ ਵੇਚਣੇ ਸੀ, ਮੈਂ ਆਪਣੇ ਘਰ ਦੇ ਦਾਣੇ ਵੀ ਵੇਚਣੇ ਸੀ, ਤਾਂ ਮੈਂ ਚਿੱਟੇ ਦੀ ਤਲਾਸ਼ ਕਰਨੀ ਸੀ ਕਿ ਮੈਂ ਕਿਵੇਂ ਚਿੱਟਾ ਆਪਣਾ ਕੱਲ ਨੂੰ ਪੈਦਾ ਕਰਨਾ, ਕਿੱਥੋਂ ਲੈ ਕੇ ਆਉਣਾ ਚਿੱਟਾ, ਤਾਂ ਮੇਰੇ ਹਾਲਾਤ ਇਹ ਹੋਣੇ ਸੀ। ਪਰ ਸਾਨੂੰ ਭਰਾਵੋ ਸਮੇਂ ਸਮੇਂ ਦੇ ਉੱਤੇ ਮਾਰਾਂ ਪੈਂਦੀਆਂ ਰਹੀਆਂ। ਸਭ ਤੋਂ ਵੱਡੀ ਸਾਡੀ ਮਾੜੀ ਕਿਸਮਤ ਰਹੀ ਕਿ ਸਾਨੂੰ ਚੰਗਾ ਕੋਈ ਆਗੂ ਮਿਲੇ ਹੀ ਨਹੀਂ। ਹੁਣ ਤਾਂ ਹਾਲਾਤ ਸਾਡੇ ਹੋ ਗਏ, ਅਸੀਂ ਫਸ ਗਏ ਧੜਿਆਂ ਚ। ਪਰ ਪਿੰਡ ਦੇ ਵਿੱਚ ਹੀ ਧੜਾ ਇੱਕ ਬਾਦਲਾਂ ਨਾਲ ਹੈ ਤੇ ਇੱਕ ਕਾਂਗਰਸੀਆਂ ਨਾਲ ਹੈ, ਇੱਕ ਧੜਾ ਨਵਾਂ ਝਾੜੂ ਨਾਲ ਹੋਣਾ, ਥੋੜੇ ਮੋਟੇ ਕੋਈ ਕਾਂਗਰਡਾਂ ਨਾਲ ਹੋਣੇ, ਐ ਅਸੀਂ ਧੜਿਆਂ ਚ ਫਸੇ ਹੋਏ ਹਾਂ। ਧੜਿਆਂ ਜੋ ਅੱਜ ਵੀ ਨਹੀਂ ਨਿਕਲ ਰਹੇ ਤੇ ਨਿਕਲਣਾ ਚਾਹੁੰਦੇ ਵੀ ਨਹੀਂ, ਕਿਉਂ ਸਾਡੀ ਸੋਚ ਉੱਥੋਂ ਤੱਕ ਸੀਮਤ ਹੈ। ਸੋ ਇਸੇ ਕਰਕੇ ਗੱਲਾਂ ਬਹੁਤੀਆਂ ਨਹੀਂ ਕਰਨੀਆਂ, ਹੋਰ ਬੁਲਾਰਿਆਂ ਨੇ ਬੋਲਣਾ। ਤਾਂ ਮੈਂ ਭਾਵ ਸਾਨੂੰ ਅਖੀਰ ਦੇ ਉੱਤੇ ਇੱਕ ਬੇਨਤੀ ਇਹੀ ਕਰਦਾ ਕਿ ਯਾਰ ਹੁਣ ਬਾਹਰ ਸੋਚਣ ਸਾਚਣ ਦਾ ਸਮਾਂ ਰਹਿ ਨਹੀਂ ਗਿਆ। ਸੋਚੀ ਜਾਵਾਂਗੇ, ਲੋਕ ਮੇਰੇ ਆ ਕੇ ਬੋਲੀ ਜਾਣਗੇ, ਆ ਕੇ ਲੋਕ ਸੁਣ ਕੇ ਉੱਠ ਕੇ ਘਰਾਂ ਨੂੰ ਤੁਰ ਜਾਣਗੇ, ਠੀਕ ਆ ਯਾਰ, ਕਿਉਂਕਿ ਸਾਡੇ ਕੋਲ ਹੁਣ ਸਮਾਂ ਰਿਹਾ ਨਹੀਂ। ਹੁਣ ਤਾਂ ਬਹੁਤ ਥੋੜੇ ਸਮੇਂ ਤੁਸੀਂ ਦੇਖੋਗੇ ਕਿਵੇਂ ਇਹਨਾਂ ਨੇ, ਹੋ ਸਕਦਾ ਹੈ। ਮੈਂ ਇੱਕ ਗੱਲ ਹੋਰ ਦਾਅਵੇ ਨਾਲ ਤੁਹਾਨੂੰ ਪੁੱਛਣਾ ਚਾਹੁੰਦਾ, ਮੰਨ ਲਓ ਕੱਲ ਨੂੰ ਸਰਕਾਰ ਜਿਹੜੀ ਹੈਗੀ ਕੇਂਦਰ ਦੀ ਸਰਕਾਰ ਹੈ, ਸਾਰੇ ਕਿਸਾਨਾਂ ਦੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਦੇ, ਇਹ ਬਿੱਲ ਵੀ ਰੱਦ ਕਰਦੇ, ਕੀ ਤੁਸੀਂ ਵੋਟ ਨਹੀਂ ਪਾਓਗੇ? ਦੱਸੋ ਜੀ, ਪਾ ਦਿਓਗੇ ਨਾ? ਸਾਡੀ ਕੋਈ ਇੱਕ ਦੂਰ ਅੰਦੇਸੀ ਵਾਲੀ ਸੋਚ ਹੀ ਨਹੀਂ ਹੈ, ਸਾਡਾ ਕੋਈ ਇਸ ਤਰ੍ਹਾਂ ਦਾ ਕੋਈ, ਸਾਡੇ ਕੋਲ ਥਿੰਕ ਟੈਂਕ, ਸਾਡੇ ਕੋਲ ਉਹ ਦਿਮਾਗ ਕਿ ਕਿਵੇਂ ਕਿਸੇ ਕੌਮ ਨੂੰ, ਕਿਸੇ ਪੰਜਾਬ ਨੂੰ ਅਸੀਂ ਅੱਗੇ ਲੈ ਕੇ ਜਾਣਾ, ਇਹਨੂੰ ਕਿਵੇਂ ਬਚਾਉਣਾ ਹੈ, ਕਿਵੇਂ ਆਉਣ ਵਾਲੀਆਂ ਨਸਲਾਂ ਤੱਕ ਅਸੀਂ ਇਹ ਪੰਜਾਬ ਲੈ ਕੇ ਜਾਣਾ, ਇਹਦਾ ਸਾਡੀ ਕਦੇ ਸੋਚ ਹੀ ਨਹੀਂ ਰਹੀ। ਸਾਡੀ ਸੋਚ ਹੁੰਦੀ ਹੈ ਕੱਲ ਨੂੰ ਕੀ ਹੋਣਾ, ਸਾਡੀ ਸੋਚ ਕੱਲ ਤੱਕ ਖੜੀ ਹੈ ਵੀ ਅਸੀਂ ਕੱਲ ਨੂੰ ਰੋਟੀ ਖਾਣੀ ਹੈ, ਉਹ ਕਿਵੇਂ ਖਾਣੀ ਹੈ, ਕਿਵੇਂ ਜਗਾੜ ਕਰਕੇ ਖਾਣੀ ਹੈ, ਬਸ। ਇਦੋਂ ਇਲਾਵਾ ਲੰਬੀ ਸਾਡੀ ਹੈ, ਇਦੋਂ 100 ਸਾਲ ਨੂੰ, 200 ਸਾਲ ਨੂੰ, 500 ਸਾਲ ਨੂੰ, ਇਹ ਕੌਮ ਕਿੱਥੇ ਖੜੀ ਹੋਊਗੀ, ਕੌਮ ਦਾ ਕੀ ਵਜੂਦ ਹੋਊਗਾ, ਸਾਡੀ ਸੋਚ ਨਹੀਂ ਆ। ਸੋ ਇਸ ਕਰਕੇ ਮੇਰਾ ਵੀ ਬੇਨਤੀ ਮੇਰੀ ਇਹੀ ਹੈ, 26 ਤਰੀਕ ਨੂੰ ਜਿਹੜਾ ਆਪਾਂ ਦਿੱਲੀ ਜਾਣਾ, ਵੱਡੀ ਗਿਣਤੀ ਸਾਡੀ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਵੀ ਕੋਈ ਗੱਲ ਜੀ ਮੈਨੂੰ ਵਿਆਹ ਆ ਗਿਆ ਜੀ, ਮੇਰੀ ਕਣਕ ਬੀਜਣ ਵਾਲੀ ਪਈ, ਜਿਹੜਾ ਨਰਮਾ ਚੁਗਣ ਵਾਲਾ ਪਿਆ ਜੀ, ਉਹਦੇ ਕੰਮ ਕਾਰ ਆਪਣੇ ਛੱਡ ਕੇ ਜਾਂ ਦੂਜਿਆਂ ਨੂੰ ਸੰਭਾ ਕੇ, ਤਾਂ ਹਰ ਪਰਿਵਾਰ ਦੇ ਵਿੱਚੋਂ ਮੈਂ ਚਾਹੁੰਦਾ ਕਿ ਇੱਕ ਜਾਣਾ ਜ਼ਰੂਰ ਜਾਣਾ ਚਾਹੀਦਾ, ਚਾਹੇ ਕੋਈ ਮਾਤਾ ਜਾਵੇ, ਭੈਣ ਜਾਵੇ, ਚਾਹੇ ਕੋਈ ਨੌਜਵਾਨ ਬਜ਼ੁਰਗ ਜਾਵੇ, ਇੱਕ ਪਰਿਵਾਰ ਦੇ ਵਿੱਚੋਂ ਜੇ ਇੱਕ ਜਾਣਾ ਚੱਲਿਆ ਗਿਆ, ਤਾਂ ਤੁਸੀਂ ਦੇਖੋਗੇ ਕਿ ਲੱਖਾਂ ਦੀ ਗਿਣਤੀ, ਜਿਹੜੀ ਲੱਖਾਂ ਦੀ ਗਿਣਤੀ ਪੰਜਾਬ ਦੇ ਵਿੱਚੋਂ 12,500-13,000 ਪਿੰਡ ਹੈ, ਜੇ ਇੱਕ ਪਰਿਵਾਰ ਦੇ ਵਿੱਚੋਂ ਇੱਕ ਜਾਣਾ ਵੀ ਕਹਿ ਦੋ, ਲੱਖਾਂ ਦੀ ਗਿਣਤੀ ਬਣਦੀ ਹੈ।
ਸੜਕਾਂ ਪੰਜਾਬ ਦੀਆਂ ਸਾਰੀਆਂ ਭਰੀਆਂ ਜਾਣੀਆਂ ਤੇ ਅਸੀਂ ਪਿੰਡ ਨੂੰ ਥਾਂ ਨਹੀਂ ਹੋਣਾ ਪੰਜਾਬ ਦੇ ਵਿੱਚ ਕਿਤੇ ਤਾਂ ਦਿੱਲੀ ਨੂੰ ਪਤਾ ਲੱਗਣਾ ਕਿ ਵਾਕਈ ਲੋਕ ਪੰਜਾਬ ਦੇ ਜਾ ਕੇ ਲੋਕ ਤੁਰ ਪਏ ਦਿੱਲੀ ਵੱਲ ਨੂੰ ਨਿਰਾਸ਼ ਨਹੀਂ ਹੋਈਦਾ ਹੁੰਦਾ ਕਦੇ ਵੀ ਕਿਉਂਕਿ ਅਸੀਂ ਉਦਾਸ ਹੋ ਜਾਂਦੇ ਹਾਂ ਨਿਰਾਸ਼ ਹੋ ਜਾਂਦੇ ਹਾਂ ਵੀ ਛੱਡੋ ਯਾਰ 2 ਮਹੀਨੇ ਹੋ ਗਏ ਬਣਦਾ ਤਾਂ ਕੁਛ ਹੈ ਨਹੀਂ ਕੀ ਕਰਾਂਗੇ ਉਹਨਾਂ ਕੋਲ ਏਡੀ ਵੱਡੀ ਤਾਕਤ ਹੈ ਦੇਖੋ ਇੱਥੇ ਵੱਡੀਆਂ ਵੱਡੀਆਂ ਸਲਤਨਤਾਂ ਆਈਆਂ ਆਪਾਂ ਦੇਖਿਆ ਨਾ ਆਪਾਂ ਸੁਣਦੇ ਹਾਂ ਤੇ ਹੱਸ ਪੜਦੇ ਹਾਂ ਕਿ ਮੁਗਲਾਂ ਦੀ ਏਡੀ ਵੱਡੀ ਸਲਤਨਤ ਸੀ ਉਹਨਾਂ ਦੇ ਹੁਕਮ ਬਿਨਾਂ ਪਤਾ ਨਹੀਂ ਸੀ ਹਿਲਦਾ ਪਰ ਅੱਜ ਕਿਤੇ ਨਜ਼ਰ ਆਉਂਦੇ ਆ ਅੰਗਰੇਜ਼ਾਂ ਦੇ ਰਾਜ ਕਿਹਾ ਜਾਂਦਾ ਸੂਰਜ ਨਹੀਂ ਛਿਪਦਾ ਪਰ ਅੱਜ ਕਿਤੇ ਦਿਖਦੇ ਆ ਇਹ ਦਿਮਾਗ ਦੇ ਵਿੱਚੋਂ ਕੱਢਦਾ ਇੱਕ ਗੱਲ ਕਿ ਨਹੀਂ ਯਾਰ ਇੱਥੇ ਵੱਡੇ ਵੱਡੇ ਤਾਨਾਸ਼ਾਹ ਦੁਨੀਆਂ ਦੇ ਉੱਤੇ ਆਏ ਨੇ ਤੇ ਇਹਨਾਂ ਲੋਕਾਂ ਨੇ ਉਹ ਤਾਨਾਸ਼ਾਹ ਦਾ ਮੂੰਹ ਮੋੜ ਕੇ ਲੋਕ ਉਹ ਵਾਪਸ ਮੋੜੇ ਨੇ ਹੁਣ ਇਹ ਪੰਜਾਬ ਦੇ ਲੋਕਾਂ ਦੀ ਪਰਖ ਦੀ ਘੜੀ ਆ ਇਹ ਫੈਸਲਾ ਕਰਨਾ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਕਿਹੋ ਜਿਹਾ ਪੰਜਾਬ ਛੱਡ ਕੇ ਜਾ ਸੋ ਆਓ ਆਪਾਂ 26 ਤੇ 27 ਤਰੀਕ ਨੂੰ ਮੇਰਾ ਵੀਰ ਵੱਡੀ ਗਿਣਤੀ ਦੇ ਵਿੱਚ ਲਾਮਬੰਦੀ ਕਰਕੇ ਆਲੇ ਦੁਆਲੇ ਜਿੰਨੇ ਸਾਡੇ ਦੋਸਤ ਮਿੱਤਰ ਭੈਣ ਭਰਾ ਨੇ ਰਿਸ਼ਤੇਦਾਰ ਨੇ ਸਭ ਨੂੰ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਠਾ ਇਕੱਠ ਕਰਕੇ ਟਰੈਕਟਰ ਟਰਾਲੀਆਂ ਤੇ ਜਾਣਾ ਭਰ ਕੇ ਲੈ ਕੇ ਜਾਗੇ ਤਾਂ ਕਿ ਪਤਾ ਲੱਗ ਜੇ ਮੋਦੀ ਨੂੰ ਵੀ ਪੂਰਾ ਪੰਜਾਬ ਆ ਗਿਆ ਧੰਨਵਾਦ ਜੀ ਸਾਰੇ ਜਿੰਨੇ ਇੱਥੇ ਵੀਰਾਂ ਨੇ ਮੇਰਿਆਂ ਨੇ ਸਾਰਾ ਇਹਦਾ ਕੀਤਾ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਉਹਨਾਂ ਦਾ ਇੱਕ ਮੈਂ ਜ਼ਰੂਰ ਬੇਨਤੀ ਕਰੂੰਗਾ ਗਾਂ ਨੂੰ ਵੀ ਖਿਆਲ ਰੱਖਿਆ ਕਰੋ ਮੇਰਾ ਵੀਰ ਪਿੱਛੇ ਮੈਂ ਜਦੋਂ ਦੇਖ ਰਿਹਾ ਸੀ ਤੇ ਇੱਕ ਆਹ ਲੱਗਿਆ ਹੋਇਆ ਜਿਹੜਾ ਵੱਡਾ ਹਾਲਾ ਫਲੈਕਸ ਲੱਗੀ ਹੋਈ ਹੈ ਨਾਂ ਪੂਰਾ ਲਿਖਿਆ ਕਰੋ ਇਹ ਸਾਡੇ ਆਪ ਜੀ ਬਹੁਤ ਬਣ ਗਈ ਜਿਵੇਂ ਦੀਪ ਸਿੱਧੂ ਕਮਰ ਗਰੇਵਾਲ ਲੱਖਾ ਸਿਧਾਣਾ ਪੂਰਾ ਨਾਂ ਜਿਵੇਂ ਮੇਰਾ ਨਾਂ ਲੱਖਾ ਸਿੰਘ ਸਿਧਾਣਾ ਇੰਨੀ ਕੁ ਮੇਰਾ ਵੀਰ ਖਿਆਲ ਰੱਖਿਆ ਕਰੋ ਨਾਵਾਂ ਦੇ ਵਿੱਚੋਂ ਅਸੀਂ ਕਈ ਵਾਰੀ ਆਪਣੇ ਨਾਂ ਭੁੱਲਦੇ ਜਾਂਦੇ ਹਾਂ ਸਿੰਘ ਲਾਉਣੋਂ ਹਟ ਗਏ ਗੋਤ ਲਾਉਣ ਲੱਗ ਗਏ ਜਾਂ ਪਿੰਡ ਲਾਉਣ ਲੱਗ ਗਏ ਸਾਡੀਆਂ ਮਾਵਾਂ ਭੈਣਾਂ ਕੁੜੀਆਂ ਦੇ ਨਾਂ ਦੇ ਮਗਰੋਂ ਇੱਕ ਔਰ ਕੱਟ ਕੇ ਗੋਤ ਤੇ ਪਿੰਡ ਦਾ ਜ਼ਿਕਰ ਕਰਨ ਲੱਗ ਗਏ ਇਹ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਇੱਕ ਬਹੁਤ ਵੱਡਾ ਇੱਕ ਖਿਤਾਬ ਦਿੱਤਾ ਸਿੰਘ ਤੇ ਕੌਰ ਦਾ ਇਹ ਨਾਂ ਮੇਰਾ ਵੀਰ ਕੱਟਿਆ ਕਰੋ ਕੱਟ ਵੱਢ ਕਰਕੇ ਨਾ ਬੜਾ ਨੁਕਸਾਨ ਅਸੀਂ ਕਰ ਰਹੇ ਹਾਂ ਅਖੀਰ ਦੇ ਉੱਤੇ ਪੰਜਾਬੀ ਮਾਂ ਬੋਲੀ ਦੀ ਗੱਲ ਕਰੂੰਗਾ ਕਿ ਪੰਜਾਬੀ ਮੈਂ ਕਹਿੰਦਾ ਹੁੰਦਾ ਜੇ ਪੰਜਾਬੀ ਜਿਉਂਦੀ ਰਹੀ ਤਾਂ ਪੰਜਾਬੀ ਜਿਉਂਦੇ ਰਹਿਣਗੇ ਸਾਡੀ ਮਾਂ ਬੋਲੀ ਦਾ ਜ਼ਰੂਰ ਖਿਆਲ ਰੱਖਣਾ ਕਿਉਂਕਿ ਪੰਜਾਬੀ ਜ਼ਬਾਨ ਦੇ ਨਾਲ ਹੀ ਸਾਡੀ ਕੌਮ ਦਾ ਵਜੂਦ ਖੜਾ ਜ਼ਬਾਨ ਗਈ ਤਾਂ ਸਮਝ ਲਓ ਸਾਡੀ ਕੌਮ ਗਈ ਪਰ ਅੱਜ ਕੱਲ੍ਹ ਇਹ ਬੜਾ ਵਰਤਾਰਾ ਚੱਲਿਆ ਹੋਇਆ ਅਸੀਂ ਆਪਣੇ ਜਵਾਕਾਂ ਨੂੰ ਅੰਗਰੇਜ਼ੀ ਸਕੂਲਾਂ ਚ ਪਾ ਰੱਖਿਆ ਪਾਓ ਪੜ੍ਹਾਓ ਅਸੀਂ ਇਸ ਗੱਲ ਦੇ ਖਿਲਾਫ਼ ਨਹੀਂ ਕਦੇ ਹੈਗੇ ਨਾ ਅੰਗਰੇਜ਼ੀ ਨਾ ਹਿੰਦੀ ਦੇ ਖਿਲਾਫ਼ ਪਰ ਅਸੀਂ ਪੰਜਾਬੀ ਨਾਲ ਨਾਤਾ ਨਾ ਤੋੜ ਗਏ ਆਪਣੀ ਮਾਂ ਬੋਲੀ ਨਾਲ ਨਾਤਾ ਨਾ ਤੋੜ ਗਏ ਆਪਣੇ ਬੱਚਿਆਂ ਨੂੰ ਜਦੋਂ ਕੋਈ ਸਾਡੇ ਬੱਚੇ ਸਕੂਲ ਚ ਪੜ੍ਹ ਕੇ ਆਉਂਦੇ ਨੇ ਉਹਨਾਂ ਨੂੰ ਪੁੱਛਿਆ ਕਰੋ ਕੀ ਪੜ੍ਹਾਇਆ ਜਾਂਦਾ ਕੀ ਲਿਖਾਇਆ ਜਾਂਦਾ ਕੀ ਸਿਖਾਇਆ ਜਾਂਦਾ ਕਿਹੜੀਆਂ ਕਦਰਾਂ ਕੀਮਤਾਂ ਬੱਚੇ ਚ ਭਰੀਆਂ ਜਾਂਦੀਆਂ ਨੇ ਤਾਂ ਸਾਡਾ ਫਰਜ਼ ਬਣਦਾ ਹਰ ਬੰਦੇ ਦਾ ਪਰ ਬਹੁਤ ਥੋੜੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਘਰੇ ਆਉਂਦੇ ਪੁੱਛਦੇ ਪੁੱਤ ਕੀ ਪੜ੍ਹ ਕੇ ਆਇਆ ਤੇਰੇ ਮਾਸਟਰ ਦਾ ਕੀ ਨਾਂ ਕੀ ਸਿਖਾਇਆ ਜਾਂਦਾ ਤੈਨੂੰ ਕਿਹੜੀਆਂ ਖੇਡਾਂ ਖਿਡਾਈਆਂ ਜਾਂਦੀਆਂ ਅਸੀਂ ਤਾਂ ਬਸ ਰਿਜ਼ਲਟ ਲੈਣ ਜਾਂਦੇ ਹੁੰਦੇ ਹਾਂ ਨਤੀਜਾ ਲੈਣ ਜਾਂਦੇ ਹੁੰਦੇ ਹਾਂ ਉਦੋਂ ਖੁਸ਼ ਹੋ ਜਾਂਦੇ ਹੁੰਦੇ ਹਾਂ ਵੀ ਸਾਡੇ ਦੇ 90 ਆ ਗਏ ਸਾਡੇ ਦੇ 98 ਆ ਗਏ ਪਰ ਇੰਨੇ ਸਾਡਾ ਹਿਸਾਬ ਕਿਤਾਬ ਹੁੰਦਾ ਸੋ ਪੰਜਾਬੀ ਜ਼ਬਾਨ ਦੇ ਵਿੱਚ ਮੈਂ ਨੌਜਵਾਨ ਮੁੰਡੇ ਬੈਠੇ ਆ ਆਪਣੇ ਜਿਹੜੇ ਕੋਈ ਫੇਸਬੁੱਕ ਹੈ ਕੋਈ ਟਵਿੱਟਰ ਹੈ ਕੋਈ ਜਿਹੜਾ ਹੈਗਾ ਵਟਸਐਪ ਹੈ ਇੰਸਟਾਗ੍ਰਾਮ ਹੈ ਪੰਜਾਬੀ ਦੇ ਵਿੱਚ ਆਪਣੇ ਨਾਂ ਕਰਿਆ ਕਰੋ ਟਿੱਪਣੀਆਂ ਵੀ ਪੰਜਾਬੀ ਚ ਕਰਿਆ ਕਰੋ ਦਸਖਤ ਵੀ ਪੰਜਾਬੀ ਚ ਕਰਿਆ ਕਰੋ ਕਿਸੇ ਨੂੰ ਕੋਈ ਲਿਖਾਉਣਾ ਹੈ ਕੋਈ ਪੁੱਛਦਾ ਥੋੜੀ ਉਮਰ ਕਿੰਨੀ ਹੈ ਪੰਜਾਬੀ ਚ ਲਿਖਾਇਆ ਕਰੋ ਪਿੰਡ ਕਿਹੜਾ ਹੈ ਉਹ ਵੀ ਪੰਜਾਬੀ ਚ ਇਸ ਗੱਲ ਦੇ ਨਾਲ ਇੱਕ ਲਹਿਰ ਬਣਦੀ ਹੈ ਪੰਜਾਬੀ ਜ਼ਬਾਨ ਨੂੰ ਬਚਾਉਣ ਲਈ ਇਹ ਸਾਰੀਆਂ ਲਹਿਰਾਂ ਸਾਨੂੰ ਨਾਲੋਂ ਨਾਲ ਤੋਰਨੀਆਂ ਪੈਣੀਆਂ ਭਰਾਓ ਫਿਰ ਪੰਜਾਬ ਦੇ ਵਜੂਦ ਨੇ ਬਚਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ